ਦੇ ਅਜ਼ੀਮ ਦਰਬਾਰੇ ਚ ਪਾਕ ਬਤੂਲ ਦੇ ਪਾਕ ਬਿੱਟ ਦੇ ਕਰੀਮ ਦਰਬਾਰੇ ਚ ਸਰਕਾਰੇ ਹਸਨ ਮੁਸਤਫਾ ਅਲੈਹ ਸਲਾਤੁ ਸਲਾਮ ਦੇ ਬਾਦਸ਼ਾਹ ਬਿਰਾ ਦੇ ਦਰਬਾਰੇ ਚ ਮਾਲਿਕਾ ਕੋਨੈਨ ਬੀਬੀ ਦੇ ਮਾਣ ਦੇ ਦਰਬਾਰੇ ਚ ਹੋਰ ਅਲੈਹ ਸਲਾਤੁ ਸਲਾਮ ਦੇ ਸਰਦਾਰ ਦੇ ਦਰਬਾਰੇ ਚ ਮੇਰੇ ਮਾਲਿਕ ਦੇ ਜਿਤਨੇ ਇਜ਼ਤਾਂ ਵਾਲੇ ਅਜ਼ਾਦਾਰ ਮੌਜੂਦ ਹੋ ਇੱਕ ਸਲਵਾਤ ਇਤਨੀ ਸੋਹਣੀ ਪੜੋ ਹੁਸੈਨ ਦਾ ਕਰੀਮ ਅੱਲਾਹ ਤੁਹਾਡੇ ਸਾਰਿਆਂ ਤੇ ਰਾਜ਼ੀ ਹੋ ਜਾਵੇ ਮਿਲ ਕੇ ਸਲਵਾਤ ਨਾਰੇ ਤਕਬੀਰ ਮਾਸ਼ਾਅੱਲਾ ਐਡਾ ਵੱਡਾ ਮਜਮਾ ਅੱਲਾਹ ਅਲੀ ਦਾ ਵੀ ਖਾਲਿਕ ਹੈ ਅੱਲਾਹ ਚੌਦਾਂ ਦਾ ਖਾਲਿਕ ਜਿਵੇਂ ਨਾਮ ਬੁਲੰਦ ਹੋਵੇ ਨਾਮ ਬੁਲੰਦ ਸੋਹਣਾ ਲੱਗਦਾ ਰਲ ਕੇ ਚਾਹੋ ਨਾਰੇ ਤਕਬੀਰ ਨਾਰੇ ਰਿਸਾਲਤ ਯਾਦ ਰੱਖਣਾ ਵਕਤਾਂ ਵਾਲਾ ਬੰਦਾ ਹੁੰਦਾ ਜਿਹੜਾ ਬਾਦਸ਼ਾਹ ਮੁਹੰਮਦ ਦਾ ਨਾਮ ਚਾਵੇ ਰਲ ਕੇ ਚਾਹੋ ਨਾਰੇ ਰਿਸਾਲਤ ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਸਲਾਮ ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਸਲਾਮ ਜਿਹਦੇ ਹੱਥ ਦਾ ਮਾਲਿਕ ਅਲੀ ਹੱਥ ਚੋਂ ਹੱਥ ਦਾ ਨੁਕਸਾਨ ਨਹੀਂ ਹੁੰਦਾ ਤਾਕਤ ਇਸਤੇਮਾਲ ਕਰਕੇ ਅਲੀ ਵਾਲਾ ਜੁਰਤ ਨਾਲ ਬੋਲੇ ਹੈਦਰੀ ਹੁਸੈਨੀਅਤ ਵੇਖੋ ਜਿਤਨੇ ਅਜ਼ਾਦਾਰ ਆਏ ਹੋ ਗੁਜ਼ਾਰਿਸ਼ ਵਾਲੀ ਗੱਲ ਹੈ ਜ਼ਿੰਦਾਬਾਦ ਦੀ ਸਦਾ ਇਤਨੀ ਬੁਲੰਦ ਹੋਵੇ ਕਰਬਲਾ ਵਾਲਾ ਕਰੀਮ ਬਾਦਸ਼ਾਹ ਤੁਹਾਨੂੰ ਸਾਰਿਆਂ ਨੂੰ ਕਰਬਲਾ ਬੁਲਾਵੇ ਜਿਹੜਾ ਨਾਰਾ ਮਰੇ ਸੀ ਜ਼ਵਾਰੀ ਕਰੇ ਸੀ ਮਿਲ ਕੇ ਬੋਲੋ ਹੁਸੈਨੀਅਤ ਜੁਰਤ ਨਾਲ ਬੋਲੋ ਜਿਹੜੇ ਕਰਬਲਾ ਜਾਣਾ ਚਾਹੁੰਦੇ ਹੋ ਹੁਸੈਨੀਅਤ ਯਜ਼ੀਦੀਅਤ ਅਹਿਲੇ ਬੈਤ ਦੇ ਦੁਸ਼ਮਣਾਂ ਤੇ ਲਾਨਤ 5-12-14 ਦੇ ਮੁਨਕਰਾਂ ਤੇ ਲਾਨਤ ਮੁਹੰਮਦ ਦੀ ਬੇਟੀ ਦਾ ਦਿਲ ਦੁਖਾਣ ਵਾਲਿਆਂ ਤੇ ਲਾਨਤ ਜਿਹੜਾ ਨਾ ਕਰੇ ਜ਼ਮਾਨੇ ਚੋਂ ਦੀ ਨਸਲ ਤੇ ਲਾਨਤ ਜ਼ੁਬਾਨਾਂ ਮੁਅੱਤਰ ਕਰੋ ਸਲਵਾਤ ਮਿਲ ਕੇ ਪੜੋ ਉੱਚੀ ਆਵਾਜ਼ ਦੇ ਨਾਲ ਚੌਦਾਂ ਦੀ ਇੱਜ਼ਤ ਤੇ ਸਾਰੇ ਮੇਰੇ ਇੰਤਹਾਈ ਵਾਜਬੁਲ ਮਕਾਮ ਸਰਦਾਰਾਂ ਦਾ ਸਾਦਾਤ ਦਾ ਇਹ ਸਜਦਾ ਜ਼ਿਕਰ ਇਜ਼ਹਾਰੇ ਮਵੱਦਤ ਅਜਰੇ ਰਿਸਾਲਤ ਮੁਸੱਲੇ ਮਾਤ ਮਾਲਿਕਾ ਬਾਬੇ ਖਿੱਤਾ ਅਕੀਲਾ ਬਨੀ ਹਾਸ਼ਿਮ ਮੋਹਸਿਨਾ ਤੋਹੀਦ ਰਿਸਾਲਤ ਆਲਿਮਾ ਗੈਰ ਮੌਲਿਮਾ ਹਿਜਾਬ ਤੋਹੀਦ ਮਲਕਾ ਸ਼ਰੀਅਤ ਵਜਹੇ ਤਹਿਲੀਕ ਮੁਸਤਫਾ ਮਾਲਿਕਾ ਕੁਨ ਫਾਇਆ ਕੋਇਆ ਖਾਲਿਕ ਨਹਜੁਲ ਬਲਾਗਾ ਇਮਾਮ ਦੇ ਇਸਮੇ ਮੁਅੱਲਾ ਦੀ ਜ਼ੀਨਤ ਬੀਬੀ ਆਪਣੇ ਅਲਮਾ ਵਾਲੇ ਵੀਰ ਦੇ ਅਲਮ ਦਾ ਸਦਕਾ ਆਪਣੀ ਬਾਰਗਾਹ ਚ ਕਬੂਲ ਤੇ ਮਨਜ਼ੂਰ ਫਰਮਾ ਮਾਲਿਕ ਪੀਰ ਦਰਗਾਮ ਸਜੀ ਨੂੰ ਖਾਨਦਾਨ ਨਾਲ ਆਬਾਦ ਰੱਖੇ ਅੱਲਾ ਬਾਬਾ ਜੀ ਦਾ ਸਾਇਆ ਕਾਇਮ ਰੱਖੇ ਪੀਰ ਨਾਲੈਨ ਸ਼ਾਹ ਜੀ ਦੇ ਮਾਲਿਕ ਰਿਜ਼ਕ ਬਖਸ਼ ਇੱਜ਼ਤ ਚ ਇਜ਼ਾਫਾ ਫਰਮਾਵੇ ਜਿਤਨੇ ਅਲੀ ਵਾਲੇ ਮੌਜੂਦ ਹੋ ਹੁਸੈਨ ਦਾ ਜ਼ਾਕਿਰਾ ਤੁਹਾਡਾ ਮਹਿਮਾਨ ਜੁਲ ਚਾਹ ਕੇ ਦੁਆ ਕੇ ਮੰਗਦਾ ਹੁਸੈਨ ਦਾ ਕਰੀਮ ਅੱਲਾ ਤੁਹਾਡੇ ਸਾਰਿਆਂ ਤੇ ਰਾਜ਼ੀ ਹੋ ਹਮੇਸ਼ਾ ਜਗ ਤੇ ਅਲੀ ਵਾਲਿਆਂ ਦੀ ਖੈਰ ਹੋਵੇ ਮਾਲਿਕ ਅੱਲਾ ਜਿਹੜੇ ਬੇਘਰੇ ਨੇ ਜਾਗੀਰੇ ਹਮ ਸ਼ਕਲੇ ਪੈਗੰਬਰ ਦਾ ਸਦਕਾ ਖੂਬਸੂਰਤ ਘਰ ਅਤਾ ਫਰਮਾ ਸਾਰੇ ਰਲ ਕੇ ਆਵੇਂ ਨਾਕਾ ਮੈਂ ਨੌਕਰੀ ਦੀ ਇਬਤਦਾ ਕਰਾਂ ਇਸ ਡਾਢੀ ਦੇ ਦੌਰ ਵਿੱਚ ਮੇਰੇ ਇਕੱਲੇ ਦਿਲ ਨਹੀਂ ਹਰ ਅਲੀ ਉਨ ਵਲੀ ਉੱਲਾ ਪੜਨ ਵਾਲੇ ਦੀ ਹਸਰਤ ਹੈ ਮੁਹੰਮਦ ਦੀ ਬੇਟੀ ਦਾ ਰੋਜ਼ਾ ਸੋਹਣਾ ਬਣੇ ਸਾਰੀਆਂ ਦੁਆਵਾਂ ਦੀ ਆਖਰੀ ਦੁਆ ਹਰ ਦਿਲ ਦੀ ਸਦਾ ਇਲਤਜਾ ਇਮਾਮ ਜ਼ਮਾਨਾ ਬਾਦਸ਼ਾਹ ਕਾਇਮ ਜ਼ਮਾਨਾ ਬਾਦਸ਼ਾਹ ਵਲੀ ਉਲ ਅਸਰ ਹੁਜਤ ਦੌਰਾਂ ਵਾਰਿਸ ਖੂਨੇ ਹੁਸੈਨ ਬਕੀਅਤੁੱਲਾ ਇਲ ਆਜ਼ਮ ਮਾਲਿਕ ਅੱਲਾ ਜ਼ਰੂਰਤ ਜ਼ਮਾਨਾ ਦੇ ਜ਼ਹੂਰ ਚ ਤਾਜੀਲ ਅਦਾ ਫਰਮਾ ਜਿਹੜੇ ਜਿਹੜੇ ਬੰਦੇ ਦਾ ਦਿਲ ਏ ਮੇਰੇ ਮਾਲਿਕ ਦਾ ਜ਼ਹੂਰ ਜਲਦ ਹੋਵੇ ਇੱਕ ਸੋਹਣੀ ਜੀ ਸਲਵਾਤ ਬੁਲੰਦ ਆਵਾਜ਼ ਦੇ ਨਾਲ ਪੜਾ ਮੇਰੇ ਮਾਲਿਕ ਦੇ ਬਹੁਤ ਬਹੁਤ ਕਮਾਲ ਚੰਗਾ ਪੜਨ ਵਾਲੇ ਮਦਾ ਖਾਨ ਉਹਨਾਂ ਦੀ ਮੌਜੂਦਗੀ ਵਿੱਚ ਖਸੂਸਨ ਉਸਤਾਦ ਮੁਹਤਰਮ ਪੀਰ ਸੈਯਦ ਦੁਰੀਅਤ ਇਮਰਾਨ ਮਾਲਿਕ ਬਾਬਾ ਜਾਨ ਦਾ ਸਾਇਆ ਕਾਇਮ ਰੱਖੇ ਇਜਾਜ਼ਤ ਹੈ ਜੀ ਮੌਲਾ ਦੇ ਜਿਤਨੇ ਮੱਦਾ ਬੈਠੇ ਮੈਂ ਸਭ ਤੋਂ ਛੋਟਾ ਜ਼ਾਕਿਰ ਥੋੜ੍ਹਾ ਜਿਤਨਾ ਸਬਕ ਸੁਣਾ ਕੇ ਮੈਂ ਸਲਾਮ ਕਰ ਲੱਗਾ ਸਰਕਾਰੇ ਹਸਨ ਮੁਸਤਫਾ ਤੇ
ਕਿਸੇ ਬੰਦੇ ਸਵਾਲ ਕੀਤਾ ਬਾਦਸ਼ਾਹ ਤੁਹਾਨੂੰ ਅਮੀਰ ਕਿਉਂ ਆਦੇ ਸਾਬਿਰ ਭਾਈ ਸਤਾਲ ਵੀਰ ਰਿਜ਼ਵਾਨ ਭਾਈ ਭਾਈ ਜਾਣਤਾ ਕੀ ਭਾਈ ਚਾਚਾ ਜੋ ਐਡਾ ਵੱਡਾ ਮਜਮੇ ਜੰਗ ਦਾ ਮੈਨੂੰ ਬਾਦਸ਼ਾਹ ਦੇ ਅਲਮਾਂ ਦੀ ਕਸਮ ਹੈ ਜੰਗ ਪੈਰਾਂ ਤੇ ਖਲੋ ਕੇ ਬੋਲੇ ਹੱਕ ਨਹੀਂ ਅਦਾ ਹੁੰਦਾ ਆਪਣੀ ਗੱਲ ਨਹੀਂ ਤੇਰੇ ਮੁਰਸ਼ਦ ਹੁਸੈਨ ਦੀ ਇੱਜ਼ਤ ਪਿਆ ਪੜਦਾ ਸਰਕਾਰੇ ਹਸਨੇ ਮੁਸਤਬਾ ਤੇ ਫੈਸਲਾ ਕਰੀ ਸਾਡੇ ਪੁੱਤਰ ਸਾਡੇ ਨੌਕਰ ਕੀ ਪੜਿਆ ਤਸਾਂ ਕਿਵੇਂ ਸੁਣੇ ਮੈਂ ਵੇਖਣ ਲੱਗਾ ਕਿਹੜਾ ਬੰਦਾ ਹੱਥ ਚਾ ਕੇ ਬਤੂਲ ਦੇ ਬੇਟੇ ਨੂੰ ਸਲਾਮ ਕਰਦਾ ਸਰਕਾਰੇ ਹਸਨੇ ਮੁਸਤਬਾ ਤੇ ਇਸ ਬੰਦੇ ਸਵਾਲ ਕੀਤਾ ਬਾਦਸ਼ਾਹ ਤੁਹਾਨੂੰ ਅਮੀਰ ਕਿਉਂ ਆਂਦੇ ਨੇ ਮੈਨੂੰ ਅਲਮਾਂ ਦੀ ਕਸਮ ਹੈ ਬਾਦਸ਼ਾਹ ਇਸ ਬੰਦੇ ਦੇ ਪਾਸੇ ਵੇਖ ਕੇ ਆਦਨ ਆਹ ਤੈਨੂੰ ਦੱਸਾਂ ਮੈਨੂੰ ਅਮੀਰ ਇਸ ਵਜ੍ਹਾ ਤੋਂ ਆਦਨ ਜੋ ਮੇਰੇ ਵੀਰ ਦਾ ਨਾਮ ਹੁਸੈਨ ਹੈ क्या कहने जनाब जिंदाबाद अली वाले मिन अमीर इस वजह तो आदन मेरे वीर का नाम मिन बंदियां दी समझ नहीं आउंदी पीरां नूं पैसे दे के आदन दुआ मंगो जन्नत च टुर जाई बस मैं कसीदा शुरू कर लगा जनाब इजाजत है अली वाले ਬੰਦੇ ਦੀ ਸਮਝ ਨਹੀਂ ਆਉਂਦੀ ਲੋ ਇਹ ਗੱਲ ਤੇ ਜਿਹੜਾ ਬੰਦਾ ਤਾਇਦ ਕਰੇ ਮੈਨੂੰ ਪਤਾ ਲੱਗੇ ਮੈਂ ਜੰਗ ਆਇਆ ਬਾਬਾ ਜੀ ਮੈਨੂੰ ਮੌਲਾ ਦੀ ਕਸਮ ਹੈ ਕਿਤਨੀ ਖੈਰਾਤ ਦੇਵਣ ਤੇ ਹੱਕ ਅਦਾ ਹੋਵੇ ਆਓ ਬਾਦਸ਼ਾਹ ਦੀ ਇੱਜ਼ਤ ਬਣਨਾ ਚਾਹਨਾ ਲੋਕਾਂ ਨੂੰ ਜ਼ਿਕਰ ਦੇ ਮਿਆਰ ਦਾ ਪਤਾ ਹੀ ਨਹੀਂ ਲੱਗਾ ਪੀਰਾਂ ਨੂੰ ਪੈਸੇ ਦੇ ਕੇ ਵੇਖਣ ਲੱਗਾ ਕਿਹੜਾ ਹੁਸੈਨ ਦਾ ਮਾਤਮੀ ਹੁਸੈਨ ਨੂੰ ਹੱਥ ਚਾ ਕੇ ਸਲਾਮ ਕਰਦਾ ਪੀਰਾਂ ਨੂੰ ਪੈਸੇ ਦੇ ਕੇ ਦੁਆ ਮੰਗੋ ਜੰਨਤ ਚ ਟੁਰ ਜਾਈ ਉਹ ਜਲੇ ਆਕਲ ਦਾ ਇਲਾਜ ਕਰਾ ਤੈਨੂੰ ਪਤਾ ਹੈ ਜੰਨਤ ਕਿਹਦੀ ਹੈ ਚਾਹੀ ਸਾਹਿਬ ਕੀ ਬਲਾ ਜੰਨਤ ਕੀ ਦੀ ਮੈਨੂੰ ਬੰਦਾ ਵੀ ਖਾਵੇ ਜਿਹੜਾ ਬਾਦਸ਼ਾਹ ਗਾਜ਼ੀ ਦਾ ਲੰਗਰ ਖਾਂਦਾ ਹੋਵੇ ਬਤੂਲ ਦੇ ਬੇਟਿਆਂ ਦਾ ਲੰਗਰ ਖਾਂਦਾ ਹੋਵੇ ਤੇ ਪਿੰਡਾਂ ਵਾਲੇ ਸਾਹ ਲੈਂਦਾ ਹੋਵੇ ਨਬਜ਼ ਚਲਦੀ ਹੋਵੇ ਤੇ ਬਾਦਸ਼ਾਹ ਦੀ ਇੱਜ਼ਤ ਪੜਾ ਨਾ ਬੋਲੇ ਉਹ ਜੰਨਤ ਕੀ ਦੀ ਅਲੀ ਦੇ ਪੁੱਤਰਾਂ ਦੀ ਅਕਲ ਦਾ ਇਲਾਜ ਕਰਾ ਜਿਹੜਾ ਬਾਦਸ਼ਾਹ ਤੈਨੂੰ ਆਪਣੀ ਮਜਲਿਸ ਵਿੱਚ ਆਉਣ ਦੀ ਤੌਫੀਕ ਨਹੀਂ ਦਿੰਦਾ ਉਹ ਤੈਨੂੰ ਆਪਣੀ ਜੰਨਤ ਵਿੱਚ ਜਾਵਣ ਦੇ ਹੱਥ ਆ ਕੇ ਸਲਾਮ ਕਰੋ ਬਤੂਲ ਦੇ ਬੇਟੇ ਨੂੰ ਹੱਥ ਆ ਕੇ ਮਿਲ ਕੇ ਬੋਲੋ ਹੈਦਰੀ ਅਲੀ ਵਾਲੇ ਤੁਹਾਡੀ ਦੁਆ ਹੈ ਹੀ ਬੜੇ ਕਰੀਮ ਬਹੁਤ ਬੜੇ ਲਾਜਵਾਲ ਅੱਛਾ ਅੱਜ ਮੇਰਾ ਦਿਲ ਚਾਹੁੰਦਾ ਜੋ ਮੈਂ ਸਰਕਾਰ ਦੇ ਸਰਕਾਰੇ ਮੁਹੰਮਦ ਮੁਸਤਫਾ ਅਹਿਮਦ ਮੁਸਤਫਾ ਵਾਲੀ ਸਾਦਾਤ ਅਲੇਹ ਅਫਜ਼ਲੁ ਸਲਵਾਤ ਮੈਨੂੰ ਵੇਖਣ ਲਾਲਾ ਜੀ ਵਾ ਅਕਮਲ ਅਤਹਿਆਤ ਵਜਹਾਏ ਆਫਰੀਨ ਸ਼ੇ ਕਾਇਨਾਤ ਸਬਬ ਇਲਤ ਗਾਇ ਮੁਮਕਿਨਾ ਮੈਂ ਬਾਦਸ਼ਾਹ ਦੇ ਜ਼ਿਕਰ ਤੋਂ ਜ਼ਿਕਰ ਦੀ ਇਬਤਦਾ ਕਰ ਇਜਾਜ਼ਤ ਹੈ ਸਾਡੇ ਤੇ ਫਤਵੇ ਲੱਗਦੇ ਨੇ ਮੁਲਕ ਚ ਯਾਦ ਰੱਖਣਾ ਅਜ਼ਾਦਾਰੋ ਮਾਤਮੀ ਉਹ ਸਾਡੇ ਤੇ ਮੁਲਕ ਚ ਬਾਬਾ ਜਾਨ ਫਤਵੇ ਲੱਗਦੇ ਨੇ ਜਿਹੜੇ ਸ਼ੀਆਂ ਦੇ ਜ਼ਾਕਿਰ ਨੇ ਇਹ ਮੁਹੰਮਦ ਮੁਸਤਫਾ ਦੀ ਨਾਤ ਨਹੀਂ ਪੜਦੇ ਤੁਸੀਂ ਜਿਤਨੇ ਸ਼ੀਆ ਬੈਠੇ ਹੋ ਤੁਹਾਨੂੰ ਮੁਰਸ਼ਦ ਅਬਾਸ ਦਾ ਵਾਸਤਾ ਸਾਡੇ ਤੇ ਫਤਵੇ ਲੱਗਦੇ ਨੇ ਇਹ ਬਾਦਸ਼ਾਹ ਦੀ ਨਾਤ ਤੇ ਬੋਲਦੇ ਨਹੀਂ ਤੈਨੂੰ ਗਾਜ਼ੀ ਦਾ ਵਾਸਤਾ ਤੈਨੂੰ ਹੁਸੈਨ ਦਾ ਵਾਸਤਾ ਤੈਨੂੰ ਅਲੀ ਦੀ ਵਿਲਾਇਤ ਦਾ ਵਾਸਤਾ ਹਮਾਦ ਵਾਸਤੇ ਨਹੀਂ ਜ਼ਿਕਰ ਵਾਸਤੇ ਤੈਨੂੰ ਬਾਦਸ਼ਾਹ ਮੁਹੰਮਦ ਦੀ ਇੱਜ਼ਤ ਦਾ ਵਾਸਤਾ ਤੈਨੂੰ ਬਾਦਸ਼ਾਹ ਮੁਹੰਮਦ ਦੀ ਕਮਲੀ ਦਾ ਵਾਸਤਾ ਇੰਜ ਬੋਲੀ ਕਾਇਨਾਤ ਨੂੰ ਪਤਾ ਲੱਗੇ ਜਿਵੇਂ ਸ਼ੀਆ ਮੁਹੰਮਦ ਮੁਸਤਫਾ ਦੀ ਇੱਜ਼ਤ ਤੇ ਬੋਲਦੇ ਨੇ ਐਵੇਂ ਕਿਸੇ ਨੂੰ ਬੋਲਣ ਦਾ ਵੱਲ ਹੀ ਨਹੀਂ ਆਉਂਦਾ ਚਲੋ ਅੱਜ ਇਜਾਜ਼ਤ ਦੇ ਦਿਓ ਮੈਂ ਬਾਦਸ਼ਾਹ ਦੀ ਨਾਤ ਤਿਲਾਵਤ ਕਰਨਾ ਚਾਹਨਾ ਇਹਨਾਂ ਤਮੇ ਕਿ ਜਿਹੜੇ ਛੀਏ ਨਾ ਛੀਏ ਕੌਣ ਕੌਣ ਜ਼ਿਕਰ ਨਫੀਜ਼ ਹੈ ਤੇ ਨਫੀਜ਼ ਹੋ ਕੇ ਕਰਨਾ ਚਾਹੀਦਾ ਇਹ ਜਿਹੜੇ ਛੀਏ ਨਾ ਛੀਏ ਜਜ਼ਬਾਤੀ ਐਡੇ ਹੋ ਜਾਂਦੇ ਨੇ ਪਰ ਛੀਏ ਨਹੀਂ ਛੀਏ ਨਿਕਲ ਸਾਥ ਹੈ ਅਲੀ ਵਾਲਿਆਂ ਦਾ ਪਿਛਲੇ ਸਰਦਾਰ ਇਹ ਜਿਹੜੇ ਛੀਏ ਨਾ ਇਨਾਥ ਨਹੀਂ ਪੜਦੇ ਮੈਂ ਕਿਹਾ ਚਾਚਾ ਜੀ ਹੱਥ ਜੋੜ ਕੇ ਸਾਨੂੰ ਅਨਾਤ ਨਹੀਂ ਆਉਂਦੀ ਸਲਾਮ ਉਸ ਪਰ ਕੇ ਜਿਸਕੇ ਘਰ ਨਾ ਬੋਰੀ ਥੀ ਨਾ ਬਿਸਤਰ ਥਾ ਸਲਾਮ ਉਸ ਪਰ ਕੇ ਜਿਸਕੇ ਘਰ ਨਾ ਆਟਾ ਥਾ ਨਾ ਦਾਣਾ ਥਾ ਉਸ ਮੁਹੰਮਦ ਨੂੰ ਗਰੀਬ ਬਣਾਈ ਜਿੰਦੀ ਜੁੱਤੀ ਦਾ ਸਦਕਾ ਕਾਇਨਾਤ ਤੇ ਖਾਂਦੇ ਯਾਰ ਸਾਨੂੰ ਅਨਾਤਾਂ ਹੀ ਨਹੀਂ ਆਉਂਦੀਆਂ ਬਾਈ ਕੋਈ ਥੋੜਾ ਬੋਲੇ ਜ਼ਿਆਦਾ ਬੋਲੇ ਮੈਂ ਰਾਜ਼ੀ ਹਾਂ ਮੈਂ ਨੌਕਰੀ ਕਰਕੇ ਜਾ ਰਿਹਾ ਮੈਂ ਮੁਤਮਈਨ ਖੜਾ ਉਸ ਮੁਹੰਮਦ ਨੂੰ ਗਰੀਬ ਬਣਾਈ ਅਨਾਤਾਂ ਪੜਨੇ ਸਲਾਮ ਉਸ ਪਰ ਕੇ ਜਿਸਕੇ ਘਰ ਨਾ ਆਟਾ ਥਾ ਨਾ ਦਾਣਾ ਥਾ ਨਾ ਪਿਆਲਾ ਥਾ ਨਾ ਸੂਈ ਥੀ ਨਾ ਦਾਗਾ ਥਾ ਜਿੰਦੇ ਪੈਰਾਂ ਚ ਕੋਸਰ ਹੋਵੇ ਉਹਦੇ ਘਰ ਪਿਆਲਾ ਨਹੀਂ ਹੁੰਦਾ
अल्लाह वास्ते जागना भाई चार मिसरे पढ़दा पैं तो मैं वेख लंगा केड़े बंदे दे दिल ने मैं बादशाह दी नात पढ़ा और तुहानू ए नातां नहीं आ जंग दे अजीम मिंबर ते खलो के अजादारां नू नाल रला के भाई तुसीं वादा कीता मेरे नाल मैं तुहानू बहुत बड़ी कसम दित्ती है बादशाह मुहम्मद दी इज्जत पर लगा और तू ए नातां पढ़दे कमली वाले दीआं आ हुसैन दे अजादारां नू नाल रला के अली वालेयां नू नाल रला के किबला लाइव पे चलदी है वर्ल्ड पे सुन दे हमाद रज़ा 14 दे मिंबर ते खड़ गया ते आ तैनू दसां मुहम्मद मुस्तफा के सुना दिन सर जाना ओ खुदा की जात का जिसको हबीब कहते हो बशर में जिसको बशर का नसीब कहते हो अरब की रानी खदीजा कनीज हो जिसकी अजीब बात है उसको गरीब कहते हो अल्लाह सलामत रखे अल्लाह आबाद रखे मैं जनाब दा ज्यादा टाइम जायत नहीं कीता एक बड़ी प्यारी जी नात है लो भी जंगल है गाजी दा वास्ता मैं वेखना बाबा जान एक बहुत प्यारी नात है थोड़े तो दुआ लेनी है ना माथे ने मेरे दुआ लेनी है देखो मैं हुसैन दा जाकिर हां थोड़ा मेहमान हां ए मैं हाथ जोड़ के जितने अजादार हो थोड़ी जुत्ती ते मेरा हाथ ते हाथ जोड़ के एक मिन्नत कर लगा किबला किबला अगर जिंदगी एक तखयल सुने होवे मैं टोक देना है हमाद बेटा सुने ए डायरी भरी पई बाबा जी मैं कोई और शय शुरू कर लवांगा अगर ना सुने होवे ते तिन तेरे मुर्शिद दा वास्ता इंज बोली तेरे ते तेरा मुर्शिद राजी होवे और वैसे भी याद रखना कुछ बंदे इंज 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 करके बैठन मैं कुछ नहीं आख सकदा मासूम फरमेंद ने जुबान ओही चंगी जड़ी मस्जिद च बोले या साडे जिक्र च बोले मैं वेखन लगा केड़ा बंदा 14 दा रिस्क हलाल कर दे किबला तखयल सुनना अल्लाह वास्ते मैंने वेखना जी मैं नाच शुरू पे करदा किबला तखयल सुनना किबला जी साहब अल्लाह मौला अमीर मुमकिनात अलैहि सलातो सलाम दे करीम बाबे दे नाल अपने प्यारे कमली वाले दी कुछ गल्लां कीतीयां इजाजत है अल्लाह सरकारे मौला अमीर मुमकिनात दे बाबे दे नाल सरकारे अबू तालिब अलैहि सलातो सलाम दे नाल बादशाह मोहम्मद दीयां कुछ प्यार वालियां गल्लां कीतीयां अपने महबूब दी जिहड़ी गल कीती सुणावा इक सलवात पढ़ो रल के अल्लाह जिहड़ी गल कीती अली दे बाप अल्लाह पिया दे मेरे अहमद को पालने वाले जुर्रत बे मिसाल रखे गल्ला तो बोलया करो यार थोड़ी गुंजाइश बनाओ हाथ बुलंद करके बोलो हैदरी फिर बोलो हैदरी फिर बोलो हैदरी फिर बोलो हैदरी रल के उच्च बोलो हैदरी अल्लाह अली दे बाबे दे मुखातिब होके के गल्ला दे मेरे अहमद को पालने वाले जुर्रत बे मिसाल रखे जंगलिया तेरे तेरी अजादारी दा वास्ता कायम दी कुर्सी लगी हुई है बादशाह मौजूद है फकत मैं तोड़े कोलो मिसरे शानी दी कीमत मंगदा उंज अदा कर दे जिवे है ते मैंने मौला दी कसम मैं तुहानू सलाम करके जावां मेरी आस ही बड़ी है बतूम दे बेचे ते बंदे दा मोहताज नहीं मैंने मौला दी कसम है अकीदा बोले मिन्नत अली जाकरी कीती नहीं करनी नहीं टुकरो जरा ठबईमान दी जुत्ती थल्ले हुसैन दी मां औकात तो ज्यादा पूरे मुल्क च दे रही है जेड़े मातमी हो जेड़े अली उल वली उल लपड़ दे ओ गल मेरी थोड़े नाल है मिसाल रखे ते हां मेरे अहमद को पालने वाले मैं आके कायम जी कुर्सी लगी हुई है बादशाह थोड़े को मैं दुआ हासिल करना चाहना है जितने मेरे मात में सरदार हो मैं पर्दा पे बादशाह मोहम्मद दी इज्जत ते थोड़े बोलन को थोड़े हाथ जाके सलाम करन तो मैंने पता लगना है किमे बादशाह मोहम्मद नो मंदे हो मैं
پہلے آکے ذکر نفیس ہے تو نفیس ہو کے کرنا چاہیے دے اللہ واسطے جاگنا یار قبلہ اللہ علی دے بابے نو پیا دے میرے احمد کو پالنے والے جرت بے مثال دستے ہو اے ڈبڈا مجمع جنگ دا جنگا لے تو نو غازی دا واسطہ میں نو مصر ثانی دی خیرات دے جو میں سلام کروں اللہ پیا دے علی دے بابے نو بڑی مہربانی جناب قصیدہ نعت میں پوری پڑھنی میرا سب سے حسی خیال ہے جو جی میں تسی سن رہے ہو پھر پتہ لگ گیا بندے بڑے غور نہ سن رہے ہیں آؤ ایک میری مرضی دا ایک کلام ادھے بعد جی میں جناب آکھا اللہ زندگی دراز فرماوے میرے احمد کو پالنے والے جرت بے مثال رکھتے ہو قاضی دا واسطہ میں نے بکھنا جی جرت بے مثال رکھتے ہو میرا سب سے حسین خیال ہے جو تم اسی کا خیال رکھتے ہو قبلہ توضیح نہیں کردہ اگر توضیح کر جاوا شیر دا مزہ مک جاوے علی والے سر چنا اللہ علی دے بابے دے مخاطب ہو کے کڑی گلہ دے میرے ماتے ہو تو علی ان ولی اللہ پڑھ دے تو پھر اگلی سطر سن کے فیصلہ کری اللہ پیا دے جاگنا جس جگہ پر نبی کو ہتھیرا ہو اس جگہ پر علی سلا مہربانی جناب ہاتھ بلند کر کے بولو مل کے بولو حیدری بہت شکریہ بہت مہربانی جرت بے مثال رکھتے ہو تم اسی کا خیال بیداروں نہ تھوڑے تم اسی کا خیال رکھتے ہو میرا ساتھ دینا بھائی اللہ علی دے بابے دے مخاطب ہو کے کڑی گلہ دے میرے ماتے ہو تم زمانے میں اپنی سانسوں کے پہرے دے دے کر جنگا لے امینو بیکنا گازی دا واسطہ اے میرے سارت قرآن جے میں نے مولا دی قسم بابا جی اے شیر آستے میں نات شروع کی تھی غازی عباس دا واسطہ دوسرا مصرہ سننا تے پھر فیصلہ کرنا ساڑھے نوکر کی پڑیا اسنکی میں خیرات دیتی میں نے بکنا جناب اللہ اچھا اللہ علی دے بابے دے نال قبلہ کچھ راز دیئے گلنا کی دیئے اور ہے جناب دا کچھ راز دیئے گلنا کی دیئے دوسرے مصرے تے بندہ نہیں عقیدہ بولے گا اللہ واسطہ جاگنا قبلہ اللہ علی دے بابے دے مخاطب ہو کے پیادے تم نے میری جگہ حفاظت کے میں بھی تیری جگہ پہ آؤں گا مصرے تو فیصلہ کرنا میں اپنا ہاتھ ضرور مگنا بھائی عزدارہ کھولو اللہ پیادے تیری نسبت سے اپنے سہور سے اس کی زہرہ کا ہاتھ مانگا ان بولے یار اے میار تو آدھا ہاتھ جا بولو دور بڑی مہربانی
बड़ी मेहरबानी तुम उसी का ख्याल मेहरबानी बाबा जी अल्लाह थोड़ा साया कायम रखे तुम उसी का ख्याल रखते हो मेरा सबसे हसी ख्याल है जो तुम उसी का ख्याल जितनी देर तुम आस पास देखना मैं ख्याल ही चुका रहना उसी का ख्याल थोड़ा मैंने कहना जनाब उसी का ख्याल अपनी सांसों के पहरे दे देता इसकी सांसें बहाल हाल रखते हो जड़ी पढ़े लिखे जाकर सुन दे अल्लाह वास्ते सब चढ़ा अल्लाह ली दे बाबे दे मुखातिबो की केड़ी गल आदे तुमने मेरे जगाए इबादत के मैं भी तेरे जगा पे आऊंगा तेरी निस्बत दे अपने से अपनी सांसें बहाल रखते हो यार जेड़े गाजी दे मुरीदों अल्लाह प्यादे लो जी मेहरबानी जनाब लो जी पिछले उन जगह यही इजाजत है मातमिया दी हुण मैं पढ़नी है बादशाह दी विलायत ते चार मिसरे पढ़ के मैं थोड़ा मिजाज वेखण लगा केड़े बंदे दा दिल बादशाहली दा कसीदा पढ़ना चुके बाबा जी विलायत पढ़ना चाहना ख्याल रखना अली के मुनकर कई लिबादों में ढल रहे हैं ऐ बुग्ज़े हैदर की आग ऐसी जहां मुनाफिक हैं जल रहे हैं ओए अली का खाकर अली को भौंके ऐ तेरी फितरत बगैर न मुल्ला तुम्हारे जैसे हजारों कुत्ते अली के टुकड़ों पे पाल रहे हैं मेहरबानी लो जी एक सत्र पढ़ना इजाजत दे दो मत आओ इस वास्ते बदल वे परदा ले रहे क्योंकि खुदा दा नूर विच चेहरा ली इस वास्ते बदल वे परदा ले रहे क्योंकि खुदा दा नूर विच चेहरा ले रहे ਮੈਨੂੰ ਮੌਲਾ ਦੀ ਇੱਜ਼ਤ ਦੀ ਕਸਮ ਮੈਂ ਮੁਲਕ ਚ ਗੁੰਗੇ ਬੋਲਦੇ ਵੇਖੇ ਫਰੰਟ ਵਾਲੇ ਤੇ ਖੈਰਾਤ ਇਤਨੀ ਸੋਹਣੀ ਦੇ ਰਹੇ ਹੋ ਨਾ ਜਿਸ ਬੰਦੇ ਨੂੰ ਆਪਣੀ ਚੁੱਪ ਤੇ ਮਾਣ ਹੈ ਮੈਨੂੰ ਬਤੂਲ ਦੇ ਪੁੱਤਰਾਂ ਤੇ ਬੜਾ ਮਾਣ ਹੈ ਭਾਈ ਛੱਡ ਜਾਣਾ ਅੱਜ ਮਾਤਮੀਆਂ ਦਾ ਸਾਥ ਵਿੱਚ ਮੌਲਵੀ ਨਾਲ ਗੱਲ ਕਰਾਂ ملک جاکے ولایت امیر المومنین بابا جی ٹکر کھان دا نہ نہیں ٹکر حلال کرن دا نہ ہے جڑے بندے علی دا کھاندے او تو دے نال گل اے اے ویکھن لگا میرا بندہ حاجا کے بادشاہ علی نو سلام کردا اے ਮੁੱਲਾ ਤੂੰ ਅਲੀ ਤੇ ਫਤਵੇ ਲਾਉਂਦਾ ਆ ਪਹਿਲੇ ਅਲੀ ਦੇ ਨੌਕਰ ਦੀ ਗੱਲ ਦਾ ਜਵਾਬ ਦੇ ਆ ਭਾਈ ਕੱਲਾ ਨਹੀਂ ਅਲੀ ਵਾਲਿਆਂ ਨੂੰ ਨਾਲ ਲਾ ਕੇ ਸਾਹ ਚੜਾ ਆਦਮ ਨੂੰ ਪਾਪ ਕਹਿਣ ਤੋਂ ਪਹਿਲਾਂ ਇਹ ਸੋਚ ਲੈ ਆਦਮ ਦਾ ਇਹ ਵਜੂਦ ਵੀ ਸਦਕਾ ਅਲੀ ਦਾ ਆਦਮ ਇੱਕ ਮਿੰਟ ਯਾਰ ਮੈਂ ਇੰਤਜ਼ਾਰ ਤੇ ਕਰਾਂ ਦੇ ਅਲੀ ਦੇ ਨੌਕਰ ਦਾ ਮੈਂ ਸਦਕੇ ਜਾਵਾਂ ਹੱਥ ਬੁਲੰਦ ਕਰਕੇ ਬੋਲਵਾ ਹੈਦਰੀ ਬਾਬਾ ਜੀ ਕੋਈ ਤੋਂ ਨਹੀਂ ਡਰ ਸਿਰ ਪਰ ਨਾ ਜਾਣਾ ਕਿਸ ਇੱਜ਼ਤ ਦਾ ਮਾਲਿਕ ਅਲੀ ਕਿਸ ਸ਼ਾਨ ਦਾ ਮਾਲਿਕ ਅਲੀ ਗੱਲ ਮਾਤਮੀ ਨਾਲ ਭਾਈ ਜਾਗਣਾ ਕਿਸ ਇੱਜ਼ਤ ਦਾ ਮਾਲਿਕ ਅਲੀ ਕਿਸ ਮਨ ਅਲੀ ਦੀ ਅੱਗੇ ਜਗ ਪਾ ਕੇ ਹਮ ਮਾਤਰ ਦਾ ਚੱਲ ਕੇ ਪਿਆਦੇ ਮੇਰਾ ਜਿਸ ਦੇ ਰਕੂ ਉਤਾਲ ਹੀ ਅੱਲਾ ਬੁਲੰਦ ਹੈ बसवली है मुर्तदा क्यों मुल्ला नमाज चछड़ा ली दहे काबे दी जद नमाज भी रोजा ली दहे क्यों मुल्ला दी यार मैंने ज़ियारत करन दे चाचा मैं रुकना नहीं लाला एक मिनट उठी मैंने गाजी दवास पर उठी यार उठी यार उठी अल्लाह जिंदगी दे नाल सुनावे बादशाह थोड़े कोल दुआ लेन लगा हो सकदा मैं शायद सलाम कर जावा कैमरे वाले भाई जरा कैमरा घुमाई ते मेनू बंदा विखाई जेड़ा अली दोनों करे ते हाचा अली नु सलाम नहीं करदा किस इज्जत दा मालिक अली किस मैंने अली थी अग्गे तक पा के हम माफ़ रदा चैलेंज कर के पिया ते मिट्टी इंदे मुखालफीन दा खाना खराब है ना जंगल यादा थोड़ी उठ के बोलो नहीं हक दादा किस इज्जत मालिक कली किस मैंने अली दिया के जग पा के अम्मा जरदा चल के प्या दे मिट्टी अल्लाह मेहरबानी जरा भिया ते सान करी
ਮੈਨੂੰ ਬੰਦਾ ਦਿਖਾਈ ਦੇ ਰਹਾ ਅਲੀ ਦਾ ਖਾਂਦਾ ਹੈ ਕਿ ਹਾਜਾ ਕੇ ਅਲੀ ਨੂੰ ਸਲਾਮ ਨਹੀਂ ਕਰਦਾ ਮੈਂ ਆਲਮ ਦੀ ਕਸਮ ਹੈ ਮੁਲਕ ਦੇ ਚਮਜੇ ਮੇ ਖੜੇ ਹੋਏ ਗੱਲ ਅਲੀ ਦਾ ਨੌਕਰ ਨਾ ਲੈ ਅਲੀ ਬਦਰ चेहरे खिल के नजर लो जी मैं एक सत्र पढ़ के पूरा कसीदा नहीं चूंकि ज्यादा मेरी निगाह हर मलंग ते पै रही मैं देख रहा ज्यादा मलंग बैठे जे मलंगा दी इजाजत होवे पंजाबी दा कसीदा چونکہ میں جناب دے مزاج مولا تو واقف ہوں اے میرے سر تے قران چاچا زہر جی علم تے میرے ہاتھ تے قبلہ تسی جان دیو ملک وچ مجمع کھڑے ہوئے اس قصیدے تے پہلی لائن سنے اس تو پہلے سارے جھولی چ ایک دعا منگی سارے بھائی جتنے سن رہے ایک بار جھولی چاوے سارے میرا دل چاہندا ہے قصیدہ میں علما والے دا پڑھ مینوں بادشاہ دی ولایت دی قسم چاچا جی ملک وچ مجمع کھڑے ہوئے اس قصیدے تے اجازت ہے ماتمی دی مالک میں سب تو پہلے ایک دعا پہ منگنا تیرا ذاکر ہاں تیرا مدا خانہ مالک میں دعا پہ منگدا میرے مالک میرے مولا عباس جیڑا جیڑا بندہ جیڑا جیڑا تیرا ماتمی تینوں اس قصیدے تے ہاتھ چا کے سلام کرے اونوں کربلا تو شام دا زوار دے پہلی سطر پڑھنا علم تیرا ملایا گا تے گھر جنت بنایا گا زندہ باد علی والے مل کے بولو حیدری پھر بولو حیدری پھر بولو حیدری پھر بولو حیدری طاقت استعمال کر کے اونچا بولو حیدری علم تیرا بابا جی میں اس سطر سے سلام کر لگا تو میں بندہ دیکھ لگا جنہ غازی کا مرید ہوئے تو نہ بولے میں پہلے دس یہ ملک جو مجھے میں کھڑے ہوئے جنت بڑھایا گا جی تیرے روشے چلا گا نل ماتم دے میں داگا نل تیرا دشمن جلایا گا جی ان حاجہ کے علیلہ